ਚਾਰ ਸਾਲ ਲਗਾਤਾਰ ਕਹਿੰਦੇ ਜਿੱਤ ਕੇ ਜਲਾਬ ਦੀ ਬੰਦੀ ਟੀਮ ਨੇ ਬਹਿਜਾ ਬਹਿਜਾ ਕਰਾਈ ਹੈ ਗੱਲ ਸੀਰੇ ਦੀ ਹੋਈ ਗੱਲ ਬਾਬੇ ਦੀ ਹੋਈ ਗੱਲ ਕੌੜੇ ਦੀ ਮੇਰੀ ਵੀਰੋ ਪਹਿਲਾਂ ਅਸੀਂ ਖੇਡ ਕਬੱਡੀ ਦਾ ਉਹ ਅੱਜ ਆਹ ਸਮਾਂ ਪਰ ਅੱਜ ਪੈਨਟ ਹੈ ਉਹ ਕਾਸਟ ਹੋ ਗਿਆ ਅਗਲਾ ਵੀਕਐਂਡ ਫਿਊਚਰ ਹੋਵੇਗਾ ਉਹ ਇਸ ਸਮੇਂ ਖੇਡ ਕਬੱਡੀ ਦੇ ਵਿੱਚ ਅਗਲੀ ਕਬੱਡੀ ਲੈ ਵੀ ਸ਼ੀਨ ਵਾਲਿਆ ਉਹ ਕਹਾਣੀ ਮਹਿੰਦਰ ਗੁਰੀਨਾ ਵੱਲੋਂ ਗੁਰਜਤ ਦੇ ਹਰ ਇੱਕ ਦਸਤੇ ਤੇ ਪਿਆਰ ਨਾਲ ਉਹਨੇ ਮਾਸਮਨ ਹੋ ਗਏ ਨੌਵੀਂ ਇੱਕ ਕਬੱਡੀ ਆ ਯਾਦ ਮੇਰੇ ਵੀਰੋ ਕਿ ਵਿੱਚ ਬਦਲਨੇ ਭੱਜਦਾ ਫਿਰਦਾ ਸੋਹਣਾ ਲੱਗੇ ਖਿਡਾਰੀ ਸਭ ਤੋਂ ਸੋਹਣਾ ਯਾਰ ਕੋਟਲੀ ਜੋ ਸਮੇਂ ਦੀ ਭਾਈ ਸਭ ਤੋਂ ਸੋਹਣਾ ਯਾਰ ਕੋਟਲੀ ਜੋ ਸਮੇਂ ਦੀ ਭਾਈ ਰਾਜੂ ਆਪੇ ਭਾਈ ਆ ਮਮਾ ਆਪਣਾ ਗਵਾਂਡੀ ਇਸ ਮਹੀਨੇ ਦੀ ਕਦੀ ਪੌੜ ਲਈ ਕਿਨੇ ਆਇਆ ਨੂੰ ਟੱਕਰੇ ਦੀ ਤੇ ਉਹਦੇ ਤੇ ਆਉਣਾ ਮੰਦੂ ਦੇ ਚੱਲੇ ਆ ਲੱਖਾਂ ਵਿੱਚੋਂ ਇੱਕ ਬਣਦਾ ਜਦ ਭਾਗੇ ਖੰਦੇ ਵਾਲਾ ਰੋਬੀ ਕਰਦਾ ਤੇ ਪੌੜ ਮੇਰੇ ਵੀਰੇ ਇਸ ਨਾਜ਼ਰ ਦੀ ਅਭੀ ਕੀ ਦੱਸੀ ਚੱਲੋ ਜੀ ਆਪਣੀ ਟੀਮ ਦੇ ਹਿੱਸੇ ਜੁੜ ਗਿਆ ਪਰ